NIA वालों बीते दिन पंजाब जारी किए गए नोटसों को लेकर यूथ अकाली दल वालों आज लुधियाना के DC दफ्तर के बाहर मुजाहरा किया गया। इस दौरान प्रधानमंत्री नरेंद्र मोदी का पुतला भी फूकया गया और डिप्टी कमिश्नर के नाम एक मांग पत्र दिया गया। धरने की अगवाई करदे लुधियाना तो यूथ अकाली दल के जिला प्रधान शहरी गुरदीप गोशा ने कहा कि मोदी सरकार वालों जो NIA के मोढ़े से रख के किसानों से बंदूक चलाई जा रही है वह बहुत ही मंदभागी गल है। जिहड़ी नीवे पद्धर दी राजनीति NIA वालों की गई है, सेंटर सरकार की कठपुतली बन के जो अज किसानी घोल चल रहा वा, जो साडे बंदे उहदी अगवाई कर रहे आ, उन्हां नूं समनिंग करनी एक बहुत घटिया नीवे पद्धर दी राजनीति आ। असीं उहदी पुरजोर निंदा करदे आ, उहदे खिलाफ़ असीं अज एक मुहिम चलाउण लगे हाँ ਤਾਂ ਕਿ ਇਹ ਮੁਹਿੰਮ ਪੰਜਾਬ ਤੋਂ ਉੱਠ ਕੇ ਸਾਰੀ ਦੁਨੀਆ ਦੀ ਮੁਹਿੰਮ ਬਣੇ ਤੇ ਇਹ ਘਟੀਆ ਰਾਜਨੀਤੀ ਜਿਹੜੀ ਕੀਤੀ ਹੈ BJP ਨੇ, ਸਮਨਿੰਗ ਉਹਨਾਂ ਨੂੰ ਵਾਪਸ ਲੈਣੀ ਚਾਹੀਦੀ ਆ। ਉਹਨਾਂ ਨੂੰ ਅਹਿਸਾਸ ਹੋਣਾ ਚਾਹੀਦਾ, ਅਸੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਵੀ ਔਰੰਗਜ਼ੇਬ ਵਰਗੇ ਅੱਜ ਰਹੇ ਨਹੀਂ, ਉਹਨਾਂ ਦੇ ਮੜੀ ਤੇ ਕੋਈ ਚਿਰਾਗ ਜਲਾਉਣ ਵਾਲਾ ਵੀ ਹੈ ਨਹੀਂਗਾ ਤੇ ਤੇਰੇ ਮਗਰ ਵੀ ਕੋਈ ਨਹੀਂ ਰਹਿਣਾ। ਇਸ ਲਈ ਤੂੰ ਬਹੁਤ ਵੱਡੇ ਭੁਲੇਖੇ ਜਾਂ ਲੋਕਾਂ ਦੀ ਸ਼ਕਤੀ ਬੜੀ ਵੱਡੀ ਹੁੰਦੀ ਆ ਜੇ ਲੋਕ ਇਕੱਠੇ ਆ। ਲੋਕ ਜਦੋਂ ਇਕੱਠੇ ਹੋ ਜਾਣ ਤਾਂ ਜਿੱਡੇ ਮਰਜ਼ੀ ਵੱਡਾ ਤੋਂ ਵੱਡਾ ਰਾਜਾ ਹੋਵੇ ਉਹਨੂੰ ਝੁਕਣਾ ਪੈਂਦਾ। ਅਸੀਂ ਦਿੱਲੀ ਉਹਨੂੰ ਝੁਕਾ ਕੇ ਘੋਲ ਜਿੱਤ ਕੇ ਸਾਰੇ ਭਰਾਵਾਂ ਦੀ ਸਹਿਯੋਗ ਨਾਲ ਘੋਲ ਜਿੱਤ ਕੇ ਅਸੀਂ ਆਵਾਂਗੇ। NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਇੱਕ ਪੈਰਲਰ ਏਜੰਸੀ ਹੁੰਦੀ ਹੈ ਜਿੱਥੇ ਇਨਵੈਸਟੀਗੇਸ਼ਨ ਹੁੰਦੀ ਹੈ। ਜੇ ਉਹੀ ਭਾਰਤੀ ਜਨਤਾ ਪਾਰਟੀ ਦੇ ਹੱਥਾਂ 'ਚ ਖੇਡੂਗੀ ਤਾਂ ਫਿਰ ਕਿਸੇ ਨੂੰ ਵਿਸ਼ਵਾਸ ਕੀ ਰਹੂਗਾ। ਅੱਜ ਤੋਂ ਪਹਿਲਾਂ ਇਹ ਏਜੰਸੀਆਂ ਨੇ ਜਿੰਨੇ ਵੀ ਮੁਕੱਦਮੇ ਦਰਜ ਕੀਤੇ 10% ਸਹੀ ਪਾਏ ਗਏ, 90% ਗਲਤ ਪਾਏ ਗਿਆ। ਅਤੇ ਮੈਂ ਸਮਝਦਾ ਕਿ ਆਪਣੀ ਕ੍ਰੈਡੀਬਿਲਟੀ ਨੂੰ ਸ਼ੱਕ ਦੇ ਘੇਰੇ 'ਚ ਨਾ ਲਿਆ ਜਾਵੇ। ਕਿਸਾਨੀ ਮੋਰਚੇ ਨਾਲ ਇੱਕ ਤਰੀਕੇ ਨਾਲ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਉਹਨਾਂ ਨਾਲ ਮੀਟਿੰਗ ਕਰਦੀ ਅਤੇ ਦੂਜੇ ਪਾਸੇ ਇੱਕ ਨੋਟਿਸ ਭੇਜ ਕੇ ਡਰਾਉਣਾ ਚਾਹੁੰਦੀ ਹੈ। ਨਾ ਅਸੀਂ ਪਹਿਲਾਂ ਡਰੇ ਅਤੇ ਨਾ ਹੁਣ ਡਰਾਂਗੇ। ਸਮੁੱਚਾ ਅੱਜ ਯੂਥ ਅਕਾਲੀ ਦਲ ਵੱਲੋਂ DC ਸਾਹਿਬ ਨੂੰ ਮੰਗ ਪੱਤਰ ਦੇਣ ਆਇਆ ਤਾਂ ਜੋ ਪ੍ਰਧਾਨ ਮੰਤਰੀ ਜਲਦੀ ਤੋਂ ਜਲਦੀ ਇਹ ਨੋਟਿਸ ਵਾਪਸ ਲਵੇ ਅਤੇ ਕਿਸਾਨਾਂ ਦੇ ਮਸਲੇ ਹੱਲ ਕਰੇ। ਜੇ ਇਹ ਹੱਲ ਨਹੀਂ ਹੁੰਦੇ, ਜੇ ਕੋਈ ਗੰਭੀਰ ਸਿੱਟੇ ਨਿਕਲਦੇ ਆ ਤਾਂ ਉਹ ਭਾਰਤੀ ਜਨਤਾ ਪਾਰਟੀ ਸਰਕਾਰ ਜ਼ਿੰਮੇਵਾਰ ਹੋ। ਅੱਜ ਦੇ ਪੁਤਲੇ ਲੈ ਕੇ ਆਏ ਗਏ ਅਕਾਲੀ, ਜਿਹਨੂੰ ਵੀ ਨੋਟਿਸ ਆਇਆ ਜੀ ਅਸੀਂ ਉਹਨਾਂ ਦੇ ਨਾਲ ਆ। ਸਾਨੂੰ ਭੇਜ ਦੇਣ, ਸਾਨੂੰ ਕੋਈ ਡਰ ਥੋੜ੍ਹਾ ਹੈਗਾ। ਅਸੀਂ ਤਾਂ ਇਹ ਕਹਿੰਦੇ ਇੱਦਾਂ ਦੇ ਕੰਮਾਂ ਦੇ ਵਿੱਚ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਤਾਂ ਜੋ ਲੋਕ ਖਰਾਬ ਹੋਣ। ਆਹ ਪੁਤਲੇ ਲਿਆ ਬਈ ਪੁਤਲਾ ਯਾਰ ਜਾਂਚ ਦਾ ਦਾਇਰਾ ਅਲੱਗ ਹੁੰਦਾ ਜੀ। ਹੁਣ ਕਿਸਾਨੀ ਮੋਰਚਾ ਚੱਲ ਰਿਹਾ, ਹੁਣ ਕਿਹੜੀ ਇਹਨਾਂ ਨੂੰ ਜਲਦਬਾਜ਼ੀ ਪੈ ਗਈ ਸੀ? ਜੇ ਕੋਈ ਗਲਤ ਕੰਮ ਕਰਦਾ ਉਹਦੀ ਜਾਂਚ ਹੋ ਸਕਦੀ ਆ, ਸੀ ਉਹਦੇ ਹੱਕ ਦੇ ਵਿੱਚ ਜਾਂਚ ਹੋਣੀ ਚਾਹੀਦੀ ਆ। ਪਰ ਇਸ ਟਾਈਮ ਦੇ ਵਿੱਚ ਇਹ ਜਾਣ ਬੁੱਝ ਕੇ ਤਾਂ ਕੀਤਾ ਗਿਆ ਕਿਉਂਕਿ ਕੱਲ੍ਹ ਭਾਰਤੀ ਜਨਤਾ ਪਾਰਟੀ ਦੇ ਮੰਤਰੀ ਸਾਹਿਬ ਤੋਮਰ ਸਾਹਿਬ ਆਪ ਮੰਨਿਆ ਕਿ ਅਸੀਂ NIA ਨਾਲ ਗੱਲ ਕਰਾਂਗੇ, ਤੇ ਇਹਦਾ ਮਤਲਬ ਆਪ ਕਹਿੰਦੇ ਨਾ ਵੀ ਅਸੀਂ ਆਪ ਭੇਜੇ ਤੇ ਹੁਣ ਅਸੀਂ ਵਾਪਸ ਲਾਂਗੇ। ਵਾਪਸ ਕਹਿ ਤਾ ਉਹਨੇ ਡੇਢ ਸਾਲ ਦਾ ਸਮਾਂ ਦਿੱਤਾ, ਕੀ ਲੱਗਦਾ ਤੁਹਾਨੂੰ ਕਿ ਕਿਸਾਨ ਜੇ ਰੱਦ ਕਰਨ 'ਚ ਡਰ ਕਾਹਦਾ ਉਹਨਾਂ ਨੂੰ? ਰੱਦ ਕਰਨ 'ਚ ਡਰ ਇਸ ਕਰਕੇ ਲੱਗ ਰਿਹਾ ਕਿਉਂਕਿ ਉਹ ਕਾਰਪੋਰੇਟ ਘਰਾਣਿਆਂ ਨਾਲ ਕੁਛ ਸੰਬੰਧ ਬਣਾ ਚੁੱਕੇ ਆ, ਉਹਨਾਂ ਨਾਲ ਸੈਟਿੰਗ ਕਰ ਚੁੱਕੇ ਆ, ਅਤੇ ਉਹ ਮੈਂ ਸਮਝਦਾ ਕਿ ਹੁਣ ਜੱਗ ਜਾਹਰ ਹੋ ਚੁੱਕਾ। ਆਉਣ ਵਾਲੇ ਟਾਈਮ ਦੇ ਵਿੱਚ ਗੰਭੀਰ ਸਿੱਟੇ ਜਿਹੜੇ ਨਿਕਲੇ ਇਹ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਬਣੇਗੀ। ਦੇਖੋ ਮੈਂ ਇਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ, ਇਹ ਤਾਂ ਇਲੈਕਸ਼ਨ ਏਜੰਸੀ ਦੱਸ ਸਕਦੀ ਹੈ ਕਿਉਂਕਿ ਉਹਨਾਂ ਦੀ ਪੈਰਲਰ ਏਜੰਸੀ। ਇਹ ਡਿਵਰਟ ਕਰਨ ਵਾਸਤੇ ਸਾਰਾ ਕੁਛ ਕਰ ਰਿਹਾ ਜੀ। ਅਕਾਲੀ ਦਲ ਨੇ ਤਾਂ ਆਪਣਾ ਸਾਰਾ ਤਿਆਗ ਕੀਤਾ ਜਿਹੜਾ ਕੰਮ ਕਰਨ ਵਾਲਾ ਸੀ, ਚਾਹੇ ਉਹਨਾਂ ਨੇ ਆਪਣਾ ਮੰਤਰੀ ਪਦ ਛੱਡਿਆ, ਚਾਹੇ ਅਸੀਂ NDA ਛੱਡੀ, ਜਿਹੜੀ NDA ਆਪ ਬਣਾਈ ਸੀਗੀ ਉਹ ਛੱਡੀ ਆ, ਅਤੇ ਚਾਹੇ ਅਵਾਰਡ ਛੱਡਿਆ, ਅਸੀਂ ਤਾਂ ਸ਼ੁਰੂਆਤ ਜਿਹੜੀ ਕੀਤੀ ਆ ਅਸੀਂ ਐਂਡ ਤੱਕ ਲੈ ਕੇ ਜਾਵਾਂਗੇ ਕਿਉਂਕਿ ਪਹਿਲੇ ਦਿਨ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਵਿਕਰਮ ਸਿੰਘ ਮਜੀਠੀਆ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਅਤੇ ਅੱਜ ਖੜ ਕੇ ਦਿਖਾਇਆ ਨਾ। ਅਸੀਂ ਅੱਜ ਪੋਲੀਟੀਕਲ ਬਾਜੀ ਬਿਆਨਬਾਜੀ 'ਚ ਪੈਣਾ ਨਹੀਂ ਚਾਹੁੰਦੇ, ਅਸਤੀਫੇ ਜੇਬ 'ਚ ਨਹੀਂ ਗਏ, ਅਸਤੀਫੇ ਦਿੱਤੇ ਜੇਬਾਂ 'ਚ ਨਹੀਂ, ਪਰ ਜੋ ਕਾਂਗਰਸ ਅਤੇ ਜੋ ਆਮ ਆਦਮੀ ਆਮ ਆਦਮੀ ਪਾਰਟੀ ਨੇ ਕੀਤਾ ਉਹ ਸਭ ਜਗ ਜ਼ਾਹਿਰ ਹੋ ਚੁੱਕਾ। 26 ਤਰੀਕ ਨੂੰ ਟਰੈਕਟਰ ਰੈਲੀ ਹੋ ਸਕਦੀ, ਬਿਲਕੁਲ ਸ਼ਮੂਲੀਅਤ ਕਰਾਂਗੇ ਜੀ, ਡਟ ਕੇ ਸ਼ਮੂਲੀਅਤ ਕਰਾਂਗੇ, ਡਰਦੇ ਨਹੀਂ ਕਿਸੇ ਗੱਲ ਤੋਂ। ਐਨਕਾਊਂਟਰ ਨਿਊਜ਼ ਲੁਧਿਆਣਾ ਤੋਂ ਟਿੰਕਾ ਦੀ ਰਿਪੋਰਟ।